ਭੂਕ ਆ ਭੁਗਨ ਦੀ ਅੱਧ ਕੇ ਇਸੇ ਤਰ੍ਹਾਂ ਜੀਆਂ ਭੁੱਖਾਂ ਗਿਆ ਨਾ ਉਹਨੇ ਕਿ ਲੈਣੋ ਬਾਹਰ ਲਾਣੇ ਜਾਸਾਂ ਤਾਂ ਕੁਝ ਮੂਲੀਆਂ ਨੇ ਬੀ ਸੂਵੇ ਇਹ ਕਿਸੇ ਦੱਸੋ ਇਹਨਾਂ ਕਿ ਇਹ ਜਿਸ ਥੂਮ ਲਾਇਆ ਨੇ ਇਸ ਤਰ੍ਹਾਂ ਇਹ ਗਾਜਰਾਂ ਬੀ ਉਸੇ ਕਿਆਰੀਆਂ ਮਲਾਸਨ ਨਾਲ ਬੈਲ ਵੀ ਤਰੀਖੜੀ ਨੇ ਆਏ ਕੁਛ ਦੁਖੀ ਕੋਈ ਚੀਰਾਂ ਤਰੋੜੀ ਜੇ ਐ ਤਾਂ ਕੋਈ ਚਾਹੇ ਦੁਖੀ ਬੈਕਟ ਚਾਹੀ ਕਿੰਦਾ ਐ ਤਾਂ ਕੁਝ ਉਹ ਬੂਟੀ ਕਿਨਿੰਦੀ ਨੀ ਨਾ ਹਾਂਜੀ ਅਸਲਾਮ ਅਲੈਕਮ ਉਮੀਦ ਕਰਾਂ ਸਾਰੇ ਭੈਣਾਂ ਭਰਾ ਠੀਕ ਆ ਜੀ ਬਿਲਕੁਲ ਮੈਂ ਮਨਸੂਰ ਜੱਟ ਜੀ ਬਿਲਕੁਲ ਅੱਜ ਸਾਂ ਲਾਸਾਂ ਥੂਮ ਅੱਜ ਤੁਸਾਂ ਕੀ ਚੱਕ ਕਰਾਉਣੇ ਆ ਥੂਮ ਥੂਮ ਲਸਣ ਮਤਲਬ ਥੂਮ ਦੇਸੀ ਜ਼ਬਾਨ 'ਚ ਇਸ਼ਕੀ ਆਖਣੇ ਲੱਗੇ ਦੇ ਤਾਂ ਅਸਾਂ ਹੁਣ ਸਰਕਾਰ ਥੂਮ ਲਾਸਾਂ ਚਾਚਾ ਦੁਖੀ ਸਾਹਿਬ ਤੱਕ ਉਸਕੀ ਨਰਮ ਕਰੀ ਰਹੇ ਪਹਿਲੇ ਸਾਰੀ ਜਗ੍ਹਾ ਇਹਨਾਂ ਬਣਾਈ ਹੈ ਸਹੀ ਖੂਨੀ ਨੇ ਐਲ ਛਿਲ ਪਏ ਆ ਪੁਰਾਣੇ ਜ਼ਮਾਨੇ ਨੇ ਇੱਥੇ ਕੋਈ ਪੁਰਾਣਾ ਪਿਆ ਸੀ ਬਾਕੀ ਅੱਜ ਤੁਸੀਂ ਦੱਸਣੇ ਆ ਥੂਮ ਲਾਉਣੇ ਤਰੀਕਾ ਖਾਸ ਕਰਕੇ ਸਾਡੇ ਏਰੀਏ 'ਚ ਕਿਸ ਤਰ੍ਹਾਂ ਥੂਮ ਲਾਇਆ ਜਾਣਾ ਮਤਲਬ ਲਸਣ ਕਿਸ ਤਰ੍ਹਾਂ ਉਗਾਇਆ ਜਾਣਾ ਆ ਬਾਕੀ ਤਾਂ ਕੋਈ ਚਾਚਾ ਦੁਖੀ ਇਸਕੀ ਬਰਾਬਰ ਕਰੀ ਰਹੇ ਸਹੀ ਲਸ਼ਕਾਈ ਤਾਂ ਸਹੀ ਖੜਕਾਈ ਤਾਂ ਔਰ ਸਹੀ ਲਹਿਰਾਂ ਵਿੱਚ ਬਾਕੀ ਸਾਂ ਥੂਮ ਸ਼ਬਾਸਾਂ ਤਾਂ ਤੱਕਣੇ ਆ ਇਹ ਜਗ੍ਹਾ ਸਹੀ ਪੁੱਲੀ ਕਰਨੀ ਪੈਣੀ ਪਹਿਲੇ ਇਹ ਜਗ੍ਹਾ ਸਹੀ ਰੇਤਲੀ ਹੋਈ ਤੱਕਣੀ ਹੁਣ ਸੋ ਇੰਨਾ ਰੰਬੀ ਸਹੀ ਲਈ ਹੈ ਇਸਕੀ ਹੁਣ ਬਰਾਬਰ ਕਰਸਣ ਰੰਬੀ ਇਸਕੀ ਪੁੱਠੀਆਂ ਮਾਰਸਣ ਆਈਆਂ ਇਹ ਰੰਬੀ ਤੱਕ ਦੱਸਣ ਸੰਗੀ ਆਈਆਂ ਲਟਾਈ ਲੰਬੀ ਮਾਰਸਣ ਇਸ ਤਰ੍ਹਾਂ ਇਹ ਤਾਂ ਕਹਿੰਦੇ ਆਈਆਂ ਔਰੇ ਪਰੇ ਕਰਸਣ ਇਸਕੀ ਔਰੇ ਪਰੇ ਕਰੀ ਇਹ ਤਾਂ ਕੋਈ ਜੀ ਸਾਡਾ ਥੂਮ ਇਹ ਥੂਮ ਇਸ ਥੂਮੇ ਹੀ ਬਣਿਆ ਇਹ ਥੂਮੇ ਹੀ ਬਣਿਆ ਦਾਬੜੇ 'ਚ ਪਤਾ ਨਹੀਂ ਥੂਮ ਸਹੀ ਆ ਕੌਣੀ ਇਹ ਦਾਬੜੇ ਬਣੇ ਇਸਕੀ ਇਹ ਦੇਖੋ ਸਾਡਾ ਥੂਮ ਇਹ ਸਾਡਾ ਥੂਮ ਜਨਾਬ ਹੁਣ ਪਤਾ ਨਹੀਂ ਖਰਾਬ ਵੀ ਕਾਫੀ ਹੋਏ ਆ ਜਿਹੜੇ ਮੋਟੇ ਮੋਟੇ ਨਾ ਇਸਨੇ ਦਾਣੇ ਉਹਨੇ ਕੀ ਅਸਾਂ ਪੰਸਾਂ ਕਰਿਆਸਾਂ ਵੀਡੀਓ ਆਣ ਹੈ ਓਕੇ ਲਾਇਆ ਨਾ ਸਾਡਾ ਵੀਡੀਓ ਆਣ ਹੈ ਥੈਂਕ ਯੂ ਸਹੀ ਕੋਲ ਦਾਬੜੇ ਕੋਲ ਹੁਣ ਖੜੇ ਪਿੱਛੇ ਆਈ ਆ ਠੀਕ ਆ ਹਾਂਜੀ ਤੱਕਣੇ ਹੋ ਸਰਕਾਰ ਐ ਤੱਕੋ ਜੀ ਅਸਾਂ ਹੁਣ ਭੁੱਖਾਂ ਕਰੇ ਰਹੇ ਹਾਂ ਐ ਤੱਕੋ ਕੋਲ ਅਗਰ ਅੱਛੋ ਕੋਲ ਅੱਛੋ ਦੱਸੋ ਜੀ ਐ ਤਾਂ ਕਹਿੰਦੇ ਇਕੱਲੀ ਇਕੱਲੀ ਭੁੱਖ ਅਸਾਂ ਕਰਾਈ ਰਹੇ ਹਾਂ ਕਿਉਂਕਿ ਤੁਸੀਂ ਪਤਾ ਅੱਧਾ ਵਿੱਚੋਂ ਖਰਾਬ ਹੋਇਆ ਸੀ ਅੱਧਾ ਵਿੱਚੋਂ ਖਰਾਬ ਹੋਇਆ ਸੀ ਤਾਂ ਅਸਾਂ ਹੁਣ ਇਸਕੀ ਕਰਾਈ ਰਹੇ ਹਾਂ ਇਹ ਤੱਕ ਨਹੀਂ ਦੱਸੋ ਇੰਤਹਾਈ ਖੂਬਸੂਰਤ ਇੰਤਹਾਈ ਲਾਜਵਾਬ ਤਾਂ ਹੁਣ ਥੂਮ ਲਾਉਣੇ ਤਰੀਕਾ ਤੁਸੀਂ ਦੱਸਣੇ ਆ ਕਿਸੇ ਲਾਈਨ ਹੋਣਾ ਇਹ ਵਕਤੀ ਸਾਂ ਇਹ ਥੋੜ੍ਹਾ ਕੀਤਾ ਨਾ ਦੂਰ ਇੱਥੋਂ ਤਾਂ ਸ਼ੁਰੂ ਕਰਨੇ ਆ ਓਹੋ ਰਮੀ ਜੀ ਇਹ ਦੇਖੋ ਇਹ ਥੋੜ੍ਹਾ ਕੁਝ ਹੋਇਆ ਸੀ ਜਗ੍ਹਾ ਪੁੱਲੀ ਕਰਨੇ ਪਹਿਲੇ ਪਿੱਛੇ ਹੋਈ ਜਾਂ ਮੀਂਹ ਦਿੱਤਾ ਹਰੀ ਤੁਸੀਂ ਪਤਾ ਇਹ ਮੌਸਮ ਜਿਹਾ ਆਉਣਾ ਥੂਮ ਆ ਲੱਕਣ ਘਰ ਵਾਲੇ ਤੂੰ ਕਹਿੰਦੇ ਥੂਮ ਲਾਣੇ ਲੱਚਣ ਗੋਡਾ ਮਾਰਨਾ ਤਾਂ ਹੁਣ ਅਸਾਂ ਥੂਮ ਲਾਉਣਗੇ ਇਹ ਦੇਖੋ ਜੀ ਇਹ ਭੂਕ ਇਹ ਭੁਗਨ ਦੀ ਇਹ ਦੇਖੇ ਸ਼ੁਰੂ ਕਰੀ ਜਾਂਦਾ ਐ ਭੁੱਖ ਦੱਬੀ ਉੜੀ ਹੈ ਹੁਣ ਇਸੇ ਤਰ੍ਹਾਂ ਜਿਹੀਆਂ ਭੁੱਖਾਂ ਗਿਆ ਨਾ ਉਹਨੇ ਕਿ ਲੈਣੋ ਬਾਹਰ ਲਾਉਣੇ ਜਾਸਾਂ ਐ ਤਾਂ ਕਿਸੇ ਨਹੀਂ ਪਤਾ ਨਹੀਂ ਜਮਸੀ ਜਾਂ ਕਹਿ ਉਸੀ ਅਸਾਂ ਲਾਉਣੇ ਜਾਣੇ ਆ ਜੰਮੇ ਨਾ ਕਹਿਤਾ ਤਾਂ ਦੁਖੀ ਵੀ ਇਹ ਲਾਈ ਕਿੰਨੇ ਮੈਂ ਵੀ ਲਾਉਣਾ ਫਿਲਹਾਲ ਇਹ ਸ਼ੁਰੂ ਕੀਤਾ ਆ ਇਹ ਦੂਰ ਦੂਰ ਹਾਂਜੀ ਤਾਂ ਕਹਿੰਦੇ ਉਸਾਂ ਬਿਲਕੁਲ ਇਹ ਥੂਮ ਲਾਈ ਰਹੇ ਹਾਂ ਇਹ ਗੱਲ ਬਸ ਕਿਹੜਾ ਕਿਹੜਾ ਬੰਦਾ ਥੂਮ ਲਾ ਰਿਹਾ ਜੇ ਸਾਡੇ ਪਰਦੇਸੀ ਭੈਣਾਂ ਭਰਾਓ ਜਾਂ ਇੱਥੇ ਨੇ ਉਹ ਅਸੀਂ ਜੀ ਜ਼ਰੂਰ
दसे बाए हूँ लेन बनाई कहती है एक में ये पूरी लेन खड़सा क्योंकि असं लेन लाना अपना लेन तो थूम लाई उस तो बाद बैकड़ जाना वह भी बस उपर क्योंकि बैकड़ गरमैश देसी एक घट सी दूरू मारी कोलू मारना थूम लाना जितना उतना मारना चाहिए सही थूम ऐसा कि गुल्ली ए तक थूम किस इसकी सही लाइट रहे हैं ए तक नहीं होता बिल्कुल जी ऐसा इसकी अइया किता क्योंकि मोटी मोटी ला सा अपरू मासी ए तक ए तक जी नाले जिस बंदे बिल्ली ने बच्चे गिने वो खींच सकना सरकार बिल्कुल फ्री कोई पैसा नहीं क्योंकि चार बच्चे ने एक बच्चा बाहर आया फिरने तुरने तक नहीं उसको तक नहीं उसको अगर कोई बंदा किन्ना जाना बिल्ली ने बच्चा तो ऐसा कोई खींच सकनी वो तो एको पार है वो फिरना लग गया तो बाकी तक जी ए थूम सारा लग ही रहा माशा अल्लाह सब तरह ए तो जी चाचा दुखी सब लाई रहे थूम है कि तक नहीं उसको मोटे मोटे लाने मोटे मोटा भी लासना ऐ देखो जी चलो मैं हरा हो जाए लेकिन ठीक है इसकी लाइव होने बाकी ऐप पूछी है देखो जी कितना सा लाइव छोड़िया इंतहा खूबसूरत सा लाइव छोड़िया ऐ देखो मैं तो पहली बार थूम सरकार लाई रहा क्योंकि पहले कदा लाया कौन सी हाँ चलो थूम पिछले साल ठीक है सी ये खराब होना जाना सी मैं नाल लाई खुने नाल अंगने नहीं फरमाइश सी कि थूम लो नाले वो खुश हुई सन बड़ा खुश तो नहीं होने फिर भी वो कोई कोई नुक्स कट छोड़ सन इंज किता नहीं उंज किता नहीं चलो उन्हें फरमाइश सी उन्हें रिक्वेस्ट सी असा चलो लाई छुने बाकी हूँ ये जितना रहना तकरीबन अस इसकी खन्ने अगे हूँ मैं करे रही हाँ चंगा चंगा जरा आया क्योंकि तुम्हें पता थूम जो लगी जाना तो बाद ही मुड़ता है खास करके अंडे बगैर अंडे सा अगर मुड़ता है धुप्पा शुरू हो सकता फिर जनाब बिरयानियाँ लट्टर पट्टर आदि चर्ग उस थूम कम देसी बोले फिलहाल असा इसकी तकरीबन कोशिश ही है जितना थूम है ना ये सारा ये लाई होने क्योंकि खराब हो गया इसी अगर काफ़ी इं सड़ी गया सी मतलब मरना जाना सी कोशिश ही है थूम सारा लाई कोला क्या दुखी इसकी गोडी कर करने फिर तुस गोडी अज करने अस ना नहीं नहीं जम्मे से गोडी करा लेना बाद च गोडी और तकरीबन महीने दो त्रो वास्ते क्या दुखी गल समझ करो पहले गल समझ गया अज अज पलाने गोडी जिसने ता करा दे जे जमसी विच कहा उसी दा जम्मे ना तो गोडी फिर क्यों जो मौसम थोड़ा ही रह गया है लो लो लोग ने थूम जम गए ना मैं तो कोई थूम लगी रहा काफी सारा सा लाई उड़िया तक नहीं सो तो हूँ ऐ पुजी गया हूँ तक नहीं कुछ लगसी ये मैं शेखा अत्था जी जैसी ये ऐस बूटे जी क्या अस मरूदा जी जैसी मरूदा जी आई जैसी तो उस तो बाद इस पैसे असा मरूदा सरकार मूलियां धनिया एन गोंगलू जा और कोई चीज तकनी बाकी मौसम देखो जी लै माशाल्लाह मौसम तो है खूबसूरत धुप आनी है इ वार है बाकी सर्दियों का मौसम बल्ले बल्ले शुरू हो ही गया हाँ वह कम है सोहा कम है सोखी मेरा पैर भी लाया तुम पैर नहीं ला रहे हो कौन मैं पैर भी ला रहा हूँ अच्छा क्या दुखिया क्या करने हो ए बच गया थो मैं चलो कोई अंडे शंडे पकानी हो बिरयानी जाओ
ਕੋਈ ਗੋਸ਼ਤ ਬਣਾਉਣਾ ਹੋਵੇ ਚਲੋ ਘਰੇ ਵਾਸਤੇ ਕੋਈ ਮਹੀਨਾ ਨਿਕਲ ਜਾ ਸੀ ਤੇ ਇਹ ਲੱਗ ਗਿਆ ਸਾਰਾ ਇਹ ਲੱਗ ਗਿਆ ਇਹ ਪੂਰਾ ਮੁਕੰਮਲ ਹੋ ਗਿਆ ਲੱਗ ਗਿਆ ਇਹ ਲੱਗ ਗਿਆ ਸਾਰਾ ਅੱਲਾ ਕਰੇ ਜੰਮ ਜਾਵੇ ਕਿ ਮੁਸ਼ਕਿਲ ਹੈ ਨਾ ਮੇਗੀ ਮਿਹਨਤ ਕਰਾਂ ਤੇ ਗੋਡੀ ਛੋਟੀ ਤੇ ਅੱਲਾ ਹਾਂ ਤਹੀਂ ਰਹਿ ਜਾ ਕਿ ਛੋਟੀ ਨੇ ਇਧਰ ਕੋਈ ਸਬਜ਼ੀ ਲਾਵਾਂ ਦੇ ਨਾ ਪਾਲਕ ਮੂਲੀਆਂ ਓਹੋ ਇਹ ਕਰੇਲੇ ਧਨੀਆ ਛਣੀਆਂ ਇਹ ਤਾਂ ਕੁਝ ਕਰੇਲੇ ਹਾਂਜੀ ਬਿਲਕੁਲ ਹੁਣ ਜੁਲਿਆ ਪੈਕਟ ਬੰਨ ਕੇ ਲਿਆ ਪੈਕਟ ਗੇਟ ਖੋਲਿਆ ਬੈਕ ਵਾਹ ਜੀ ਵਾਹ ਇੱਥੇ ਟਲਾ ਟਲਾ ਨਜ਼ਰ ਨਹੀਂ ਆਉਂਦਾ ਹੈ ਸਬਜ਼ਾ ਇਹ ਕੁਦਰ ਗਿਆ ਸਬਜ਼ਾ ਅੱਛਾ ਜੁਲਾ ਬੈਕਟ ਦੱਸ ਬਾਕੀ ਤੱਕੋ ਜੀ ਇਹ ਥੂਮ ਕਿਹਨੂੰ ਲਾਇਆ ਇਹ ਥੂਮ ਲਾਇਆ ਜੀ ਸਾਡੇ ਚਾਚੇ ਬੋਟੂ ਨੇ ਅੱਜਾ ਤੇ ਲਾਇਆ ਸੋ ਇਹ ਤੱਕੋ ਜੀ ਥੂਮ ਮੈਂ ਲਗਿਆ ਇਹਨਾਂ ਲਾਇਆ ਜੰਮ ਗਿਆ ਥੂਮ ਇਹਨਾਂ ਬੱਕਰੀਆਂ ਮੱਝਾਂ ਨੂੰ ਖਾ ਗਈਆਂ ਤੇ ਉਹ ਅੰਦਰ ਅੰਦਰ ਕੋਈ ਸੀ ਨਾ ਕਾਂ ਸੀ ਨਾ ਇਹਨਾਂ ਇਹ ਅੰਦਰ ਕਾਰ ਹੈ ਸਭ ਬਾਹਰ ਲਾਈ ਕਿੰਨੇ ਆ ਕੀ ਲਾਇਆ ਨਾ ਇਹ ਕੋਈ ਮੇਨ ਸ਼ਹਿਰ ਤੇ ਕੋਈ ਪੰਜੀਰੀ ਹੈ ਪੰਜੀਰੀ ਕੋਈ ਖਰਬੂਜ਼ੇ ਦੀ ਇਹਨਾਂ ਇਹ ਸੋਚਿਆ ਕਿ ਅੰਦਰ ਕਾ ਆਇਆ ਬਾਹਰ ਸਾਂ ਲਾਈ ਕਿੰਨੇ ਆ ਇਹ ਲਾਈ ਰੇ ਅੰਦਰ ਕਾ ਅੰਦਰ ਖਤਮ ਕਰ ਛੁੜਿਆ ਬਿਲਕੁਲ ਜੀ ਮੈਂ ਤੋਂ ਨਾ ਆਖਿਆ ਤੋ ਸਾਨੂੰ ਕਰਨੀ ਕੋ ਕੀ ਹਾਲ ਹੈ ਹੋਰ ਠੀਕ ਹੋ ਕੋ ਚੱਲੇ ਹੋ ਐ ਉਰਸਾ ਦਾ ਉਰਸਾ ਚੱਲੇ ਹੋ ਹੋਰ ਹੋਰ ਕੁਦਰ ਮੁੜੇ ਹੋਰ ਪਿਛਾ ਪਿਛਾ ਮਨਾ ਨਾ ਇਸਨ ਅੱਛਾ ਹਾਂ ਕੀ ਉਰਸਾ ਕੋ ਸਿਸਟਮ ਹੈ ਜੀ ਵਾਲੋ ਜੀ ਇਨਸ਼ਾਅੱਲਾ ਹਾਂ ਸਿਸਟਮ ਤੇ ਇਹ ਬੂਟੀ ਛੁੱਟੀ ਕੱਪ ਗਈ ਹੈ ਤੱਕੋ ਜੀ ਬੂਟੀ ਮਸ਼ੀਨਾਂ ਨੇ ਕੱਪੀ ਨੇ ਕੱਲ ਲੱਗੀ ਸੀ ਮਸ਼ੀਨ ਲੇਕਿਨ ਕੋਲ ਨਾ ਇਸੇ ਕੰਮ ਸ਼ਮ ਕਰਨੇ ਸਾਂ ਬਾਕੀ ਜੁਲਿਆ ਤੇ ਬੈਕ ਲੱਭ ਜਾ ਸੀ ਪਰਾ ਬੈਕ ਇਹ ਬੈਕ ਥੂ ਮੈਂ ਸੜ ਸੋਣਾ ਹਾਂ ਹਾਂ ਜੀ ਇਹ ਤਾਂ ਕੋ ਹਾਂ ਨਾ ਜੀ ਹਾਂ ਚਾ ਤੂੰ ਕੀ ਪੁੱਛ ਨਹੀਂ ਲਗਾ ਇਹ ਆਪਣਾ ਬੈਕ ਨਾ ਯਾਰਾ ਇਹ ਉਹ ਅੱਗੇ ਵੀ ਆ ਐ ਤਾਂ ਕੋ ਜੀ ਜਨਾਬ ਸਰਕਾਰ ਬੈਕੜ ਬੈਕੜ ਗਿਆ ਥੂ ਮੈਂ ਸੈਟਲ ਬਾਣੇ ਨੇ ਕੋਈ ਪਤਾ ਨਹੀਂ ਜਿਵੇਂ ਵੀ ਓਏ ਇਸ ਮੁੱਲ ਪਤਾ ਹੀ ਨਹੀਂ ਤਾਂ ਹਾਂ ਜਾਇਆ ਦੁਖੀ ਬੈਕਟ ਤਾਂ ਬਾਣੇ ਹੋਣੇ ਨੇ ਕਿ ਥੂਮ ਗਰਮੈ ਛੁੜੇ ਗਰਮੈ ਛੁੜੇ ਤੇ ਜਗ੍ਹਾ ਜਿਹੜੀ ਉਹ ਥੋੜੀ ਇਸ ਬੈਕੜੀ ਉਰਦੂ ਹੀ ਕਹਣੇ ਨਾ ਬੈਕੜੀ ਹੈ ਨਾ ਜੀ ਬੂਟਾ ਨਹੀਂ ਨਹੀਂ ਬੈਕਟ ਤਾਂ ਆਪਣੇ ਬਣੇ ਆ ਉਰਦੂ ਚ ਕਹਣੇ ਸੀ ਕੀ ਕੈਸ ਕੀ ਬੈਕੜ ਕੀ ਬੈਕੜੀ ਆਣੇ ਨਾ ਜੀ ਉਹ ਬੈਕੜ ਤਾਂ ਪਹਾੜੀ ਤੇ ਬਣੇ ਆਣੇ ਨਾ ਕਿਆ ਦੁਖੀ ਪੰਜਾਬੀ ਕੀ ਬੈਕੜੇ ਕਹਣੇ ਉਧਰ ਹੋਣਾ ਕੋਣੀ ਉਹਦੇ ਹੁੰਦੇ ਹੀ ਕੋਣੀ ਤਾਂ ਕੋਣ ਹੋਣਾ ਬੈਕੜ ਕੀ ਕੋਈ ਆਏ ਵੀ ਜਾਂ ਅਗਰ ਕੋਈ ਇੰਗਲਿਸ਼ ਹੀ ਕਹਣੇ ਇਸ ਕੀ ਕਸ਼ਮੀਰ ਪਹਾੜੀ ਇਲਾਕੇ ਇੰਗਲਿਸ਼ ਜੀ ਦਰਖਤ ਹੈ ਕੀ ਟ੍ਰੀ ਵੀ ਆਣੇ ਨਾ ਇਹ ਦਰਖਤ ਕੀ ਜੇ ਬੂਟੇ ਨਹੀਂ ਕਾਇਸ ਇਹ ਪੌਦੇ ਨੇ ਪੱਤੇ ਇਹ ਪੱਤੇ ਨੇ ਐ ਤੱਕ ਜੀ ਬੈਕੜ ਬਣੀ ਰਿਆ ਕਿੰਗ ਬੈਕੜ ਤੇ ਪਤਾ ਅੱਥੋਂ ਭੰਨੋ ਤੇ ਮੈਂ ਜ਼ਰਾ ਓਕੇ ਐ ਤੱਕ ਨੇ ਦੱਸੋ ਬਾਕੀ ਸਾਂ ਜੀ ਬਿਲਕੁਲ ਅਸਾਂ ਭੰਨੀ ਰਹੀਆਂ ਬੈਕੜ ਅਗਰ ਕਿਸੇ ਬੰਦੇ ਨੂੰ ਪਤਾ ਇੰਗਲਿਸ਼ ਜਿਸ ਕਹਿਣੇ ਨਾ ਤਾਂ ਉਰਦੂ 'ਚ ਕਹਿਣੇ ਨਾ ਪੰਜਾਬੀ 'ਚ ਆਣੇ ਆਉਣਾ ਹੀ ਕੋਣੀ ਹੈ ਤਾਂ ਪਹਾੜੀ 'ਚ ਜਾਣੇ ਬੈਕੜ ਇੰਗਲਿਸ਼ ਵਿੱਚ ਆਉਣਾ ਮਿਰਪੁਰ ਡਡਿਆਲ ਕੋਟਲੀ ਮਿਸ਼ਕ ਬੈਕੜ ਆਉਣੇ ਲੱਗੇ ਵੀ ਨਾ ਤਾਂ ਉਸ ਉਪਲੇ ਇਲਾਕੇ 'ਚ ਮਿਸ਼ਕ ਆਉਣਾ ਹੀ ਲੱਗੇ ਆ ਇਹ ਖਾਸ ਕਰਕੇ ਇਸ ਸਾਡੇ ਏਰੀਏ 'ਚ ਹੋਣਾ ਖਾਸ ਕਰਕੇ ਜ਼ਿਲ੍ਹਾ ਕੋਟਲੀ ਜ਼ਿਲ੍ਹਾ ਮਿਰਪੁਰ 'ਚ ਚੀਜ਼ ਹੋਣੀ ਹੈ ਤਾਂ ਆਪਣੇ ਇਲਾਕੇ 'ਚ ਮਿਸ਼ਕ ਕੋਣੀ ਹੋਣਾ ਇਹ ਅੱਗੇ ਲੈ ਜਾਣਾ ਬਾਗ ਮਨਸੂਰਾਬਾਦ ਰਵਲਾ ਕੋਟ ਦੀਰ ਕੋਟ ਨੀਲਮ ਇਹ ਉਸ ਸਾਈਡ ਕੋਣ ਚੀਜ਼ ਹੋਣੀ ਇਹ ਜ਼ਿਆਦਾ ਜ਼ਿਲ੍ਹਾ ਕੋਟਲੀ ਜ਼ਿਲ੍ਹਾ ਮੀਰਪੁਰ ਨੇ ਏਰੀਆ 'ਚ ਜ਼ਿਆਦਾ ਮਿਸ਼ਕਾ ਭੀਮਪੁਰ ਵੀ ਆਇਆ ਹੈ ਭੀਮਪੁਰ ਵੀ ਆਇਆ ਨਾ ਹਾਂ ਇਹਨਾਂ ਤਿੰਨਾਂ ਜ਼ਿਲ੍ਹਿਆਂ 'ਚ ਚੀਜ਼ ਵੇਚਣੀ ਆ ਉਹ ਵੀ ਜ਼ਿਆਦਾ ਮੀਰਪੁਰ ਤਾਂ ਭੀਮਪੁਰ ਨੇ ਏਰੀਆ 'ਚ ਕੋਟਲੀ ਨੇ ਕੁਝ ਇਲਾਕਿਆਂ 'ਚ ਹਰ ਇਲਾਕੇ 'ਚ ਨਹੀਂ ਹੋਣੀ ਹਾਂ ਜੀ ਚਾ ਦੁਖੀ ਹੋ ਗਿਆ ਹੋ ਗਿਆ ਜੀ ਇਹ ਗੱਡਾ ਬਣ ਗਿਆ ਗੱਡਾ ਚਾਸੂ ਕਿਸ ਰਿਹਾ ਚਾਹੋ ਹਸਗੀਰਾ
ਇਹ ਸਾਰਾ ਇਸ ਪੂਰਾ ਇੱਕ ਕਲਾਵਾ ਤਾਂ ਇਸ ਦੇਸੀ ਜ਼ਮਾਨੇ ਨੇ ਪੂਰਾ ਇਸਕੀ ਕਲਾਵਾ ਹੇ ਨਾਲ ਬੈਲ ਵੀ ਤਰੀਕ ਖੜੀ ਨੇ ਆਏ ਦੇਖੀ ਕੋਈ ਚੀਰਾਂ ਤਰੋੜੀ ਜੇ ਐ ਤਾਂ ਕੋਈ ਚਾਹੇ ਦੁਖੀ ਬੈਕਟ ਚਾਹੀ ਕਿੰਦਾ ਐ ਤਾਂ ਕੁਝ ਉਹ ਬੂਟੀ ਕਿੰਦੀ ਨੀ ਨਾ ਮਾਰੋ ਜ਼ਾਲਮ ਉਹ ਭੈੜੇ ਉਹ ਬੂਟੀ ਨਾਲ ਕਿੰਦੀ ਸੀ ਚਲੋ ਚਾਹੇ ਦੁਖੀ ਸਾਰਾ ਇਹ ਬੈਕੜ ਹੁਣ ਤੱਕਣੇ ਆ ਕਿਤਨਾ ਪੇਸੀ ਹੁਣ ਲੈ ਚੱਲਿਆ ਪੋਲੇ ਪੋਲੇ ਐ ਤਾਂ ਕੋਈ ਜੀ ਵਾਹ ਜੀ ਵਾਹ ਐ ਤਾਂ ਕੋਈ ਬੈਕੜ ਕਹਿੰਦੇ ਇੱਥੇ ਰੱਖਣਾ ਹੁਣ ਤਾਂ ਕੋਈ ਬੈਕੜ ਕਿਸੇ ਲਾ ਸਕਦੇ ਹੁਣ ਚ ਐਤਕੋ ਇਹ ਟਾਹਲੀਆਂ ਸਾਰੀਆਂ ਸੜਸਨ ਇੱਥੇ ਕਿਉਂਕਿ ਬੈਕ ਤਾਂ ਅਪ ਰੱਖਣੇ ਨੇ ਇਹ ਛੋਟ ਸੀ ਗਰਮਿਆਸ਼ ਅਤੇ ਜਿਹੜੀਆਂ ਭੁੱਖਾਂ ਨਾ ਗੁੱਲੀਆਂ ਉਹ ਫਿਰ ਮੋਲ ਕੱਢੀਏ ਸਨ ਉਹ ਬੂਟਾ ਬਣਾ ਸਨ ਫਿਰ ਨਾਲ ਨਾਲ ਥੋੜ੍ਹਾ ਪਾਣੀ ਲਾਇਆ ਕਰ ਸਾਂ ਉਸ ਤੋਂ ਬਾਅਦ ਉਹ ਸਹੀ ਕੱਢੀਏ ਸਨ ਤੋੜ ਤੋੜ ਇਸ ਲਾ ਸਨ ਬੈਕ ਤੱਕੋ ਜੀ ਪੂਰਾ ਉਹ ਬੈਕੜ ਸੱਠੀ ਵੀ ਆਉਣੀ ਆਖਰ ਜੀ ਆਉਣੀ ਇਹ ਤਾਂ ਪੂਰਾ ਹੋ ਗਿਆ ਹੁਣ 20 ਕਿਲੋ ਨਸਾਂ 20 ਹੁਣ ਲੈ ਸਾਂ ਤੇ ਸ਼ਾਮ ਨੂੰ ਜਾਵਾਂ ਜੇ 20 ਨਸਾਂ ਇੱਥੇ ਲਾ ਸਾਂ ਜਿਹੜੇ ਦਣੀਆਂ ਮੂਲੀਆਂ ਜਾਂ ਹੋਰ ਕੋਈ ਚੀਜ਼ ਗੁੰਗਲੂ ਹੋਈ ਆ ਥੂਮ ਮੇਰਾ ਪੂਰਾ ਕੰਮ ਕਲੀਅਰ ਹੋਈ ਆ ਸਰਕਾਰ ਵਾ ਇਹ ਤਾਂ ਕੋਈ ਮਾਸ਼ਾਅੱਲਾ ਆ ਗਈਆਂ ਹੁਣ ਇੱਥੋਂ ਇਹ ਤਾਂ ਕੋਈ ਜੀ ਜਰੇ ਇੱਥੋਂ ਕਿੰਨੇ ਆ ਸਰਕਾਰ ਧਣੀਆਂ ਹੋਈ ਆ ਮੂਲੀ ਹੋਈ ਗਈ ਤਾਂ ਹੋਰ ਚੀਜ਼ਾਂ ਤੱਕਣੀਆਂ ਫਿਰ ਮੁਫਤ ਤਾਂ 20 ਜੀਏ ਫਿਰ ਇਹ ਕਿਸ ਨਾ ਗਾਜਰ 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 ਲਾਣੇ ਤਰੀਕਾ ਇਸ ਛੱਟਾ ਮਾਰਨਾ ਹਾਂ ਛੱਟਾ ਮਾਰਨਾ ਤੁਸੀਂ ਇਸ ਸਭ ਨੂੰ ਬਿਹਤਰ ਤਰੀਕਾ ਹੈ ਕਿ ਕਿਹੜੀਆਂ ਬੰਨੀਆਂ ਬਣਾਓ ਅੱਛਾ ਬੰਨੀਆਂ ਬਣਾਈ ਤਾਂ ਫਿਰ ਇਸੇ ਰੋ ਬੰਨੀਆਂ ਬਣੀਆਂ ਛੱਟਾ ਮਾਰੀ ਨਾ ਹਾਲੀ ਹਾਂ ਇਹ ਹਲਕਾ ਘੱਟ ਬਈ ਹੋਰ ਅਸਾਂ ਫਿਰ ਇਹਨਾਂ ਬੰਨੀਆਂ ਪ੍ਰੋਸੈਸ ਹੋਣੀ ਚਾਹੀਦੀ ਹਾਂ ਡਾਕਟਰ ਸਾਹਿਬ ਇਹ ਕਿਸੀ ਗੋਲੀਆਂ ਸਪੈਸ਼ਲ ਇਹ ਪੁੰਨ ਲਈਆਂ ਇਹ ਪੁੰਨ ਲਈਆਂ ਮਤਲਬ ਅਗਰ ਸਾਨੇ ਘਰ ਦਾਣੇ ਡਿਗੇ ਨਾ ਕੋਈ ਤਾਂ ਨਿਕਾ ਨੇ ਮੱਕਾ ਨੇ ਦੋ ਦੋ ਗੋਲੀਆਂ ਦੋ ਗੋਲੀਆਂ ਜੇ ਕਿਸੇ ਬੰਦੇ ਮਰਨਾ ਹੋਵੇ ਤੇ ਖਾ ਲਓ ਚੰਗਾ ਸਭ ਗੱਲਾਂ ਤੋਂ ਹੈ ਬਾਕੀ ਹੋਰ ਵੀ ਕਿਹੜੇ ਕਿਹੜੇ ਐ ਤਾਂ ਕੋਈ ਜੀ ਚਾਹ ਦੁਖੀ ਹੁਣ ਬੰਨੀਆਂ ਬਣਾਈ ਰਹੇ ਹੋ ਬੰਨੀਆਂ ਬਣਾਈ ਰਹੇ ਤਾਂ ਕੋਈ ਨਿੱਕੀਆਂ ਨਿੱਕੀਆਂ ਇੱਥੇ ਹੁਣ ਗੋਂਗਲੂ ਗਾਜਰਾਂ ਮੂਲੀਆਂ ਲਾ ਸਾਂ ਹਾਂਜੀ ਦੱਸੋ ਇਹਨਾਂ ਕੀ ਪਹਿਲੇ ਇਸ ਪੈਸਾ ਲਓ ਨਾ ਇਹ ਤਾਂ ਲੈ ਲਓ ਨਾ ਮੂਲੀਆਂ ਲਓ ਇਸ ਪੈਸੇ ਮੂਲੀਆਂ ਐ ਤਾਂ ਕੋਈ ਮੂਲੀਆਂ ਨੇ 20 ਸੌਣ ਲਈ ਰਹੇ ਹਾਂ ਐਸ ਬੰਨੀ ਬਲੋ ਗਾਜਰ ਇਹ ਗਾਜਰ ਨਾਲ ਬੀ ਹੈ ਇਹ ਗਾਜਰ ਨਾਲ ਬੀ ਉਸ ਕਿਆਰੀਆਂ ਮਿਲਾ ਸਨ ਇਹ ਗਿਆ ਜੋ ਜੀ ਕਿਸੇ ਦਾ ਦੱਬਣ ਲੱਗੇ ਗਾਜਰਾਂ ਐ ਤਾਂ ਕੋ ਜੀ ਹੁਣ ਇਹ ਕਿਹਾ ਗੋਂਗਲੂ ਜੀ ਗੋਂਗਲੂ ਇਹ ਕਈ ਵਾਰੀ ਨਹੀਂ ਸਾਰਿਆਂ ਛੱਟਾਂ ਮਾਰਨਾ ਇਹਨੇ ਕਿ ਦੱਬਣਾ ਉਹ ਇਤਨੇ ਬੀਂ ਬਰੀਕ ਅਤੇ ਛੱਟਾਂ ਮਾਰਨਾ ਨਾ ਨਾ ਵਿੱਚ ਦੱਬੋ ਨਾ ਪਹਿਲੇ ਦੋ ਪੈਸੇ ਹੈ ਹੋਰੇ ਪਰੇ ਦੱਬੋ ਇਹਨਾਂ ਕੀ ਐ ਤਾਂ ਕੁਝ ਹੁਣ ਗੋਂਗਲੂ ਲਾਈ ਰਹੇ ਦਵਾ ਕਰੇ ਜੰਮੀ ਛਣ ਉਹ ਪੂਰੀ ਕਿਆਰੀਆਂ ਬਣੀਆਂ ਇਹਨਾਂ ਦੀਆਂ ਇੱਥੇ ਹੁਣ ਆਖਰ ਪਰ ਇੱਥੇ ਆਖਰ ਪਰ ਹੁਣ ਲਸਣ ਧਣੀਆਂ ਕਿਉਂਕਿ ਅਸੀਂ ਬਰਾਬਰ ਕਰੀ ਰਹੇ ਅਗਰ ਇੱਥੋਂ ਜਗ੍ਹਾ ਹੋਰ ਖੁੰਡਸੋ ਥੋੜ੍ਹਾ ਜਿਹੀਆਂ ਟਹਿਲਾਂ ਟਹਿਲਾਂ ਖਤਮ ਕਰਸੋ ਧਣੀਆਂ ਅਸੀਂ ਭੰਨੇ ਹੋਣੇ ਸਾਰੇ ਲਾਣੇ ਜੀ ਆਖਰੀ ਧਨੀਆ ਸਾਡਾ ਸੀ ਮੂਲੀਆਂ ਹੋਈ ਗਈਆਂ ਗਾਜਰਾਂ ਹੋਈ ਗਈਆਂ ਗੋਂਗਲੂ ਹੋਈ ਗਏ ਥੋਮ ਹੋਈ ਗਿਆ ਐਤਕੋ ਆਖਰੀ ਸਾਰ ਰਹੀ ਗਿਆ ਇਹ ਵੀ ਰੜੀ ਗਿਆ ਜੀ ਧਨੀਆ ਵੀ ਰੜੀ ਗਿਆ ਹੁਣ ਸਰਕਾਰ ਥੋੜ੍ਹਾ ਸਾਰਾ ਪੁਆਇੰਟ ਲਾਸਾਂ ਕਿਉਂਕਿ ਲੱਗੀ ਗਿਆ ਸਾਰੀਆਂ ਸਬਜ਼ੀਆਂ ਲੱਗੀ ਗਈਆਂ ਅਸਾਂ ਹੁਣ ਥੋੜ੍ਹਾ ਪਾਣੀ ਲਾ ਸਾਂ ਕਿਉਂਕਿ ਇਸ ਕੀ ਬੱਤਰ ਦੇ ਸਾਂ ਕਿਆ ਜਾ ਦੁਖੀ ਬਿਲਕੁਲ ਬੱਤਰ ਦੱਸ ਕਿਲੀ ਉੱਥੇ ਥੋਮ ਜਮ ਸੀ ਸੁੱਕੀ ਰਹੀ ਤਾਂ ਫਿਰ ਥੋਮ ਦੇ ਰਿਹਾ
ਬੱਤਰ ਦੇਣਾ ਪਿਆ ਸੀ ਸਾਰੇ ਇਸਕੀ ਨੀਲੀਆਂ ਕਰਨਾ ਪਿਆ ਸੀ ਐ ਤਾਂ ਜੀ ਬਣੀਆਂ ਪਰਸਾਂ ਪਾਣੀ ਲਾਣੇ ਹੁਣ ਇੱਥੇ ਮੂਲੀਆਂ ਲਾਈਆਂ ਕਿਉਂਕਿ ਬੱਤਰ ਹੋ ਸੀ ਤਾਂ ਲੱਗ ਸੀ